ਸ਼੍ਰੀਕਾਲ ਜੀ, ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸਿਮਰਨਜੀਤ ਕੌਰ ਗਿੱਲ। ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਮੁੱਖ ਸੁਰਖੀਆਂ ਤੇ। ਆਮ ਆਦਮੀ ਪਾਰਟੀ ਨੇ 13 ਉਮੀਦਵਾਰਾਂ ਦੇ ਨਾਮ ਦਾ ਕੀਤਾ ਐਲਾਨ, ਭਾਜਪਾ ਨੇ ਦੂਜੀ ਸੂਚੀ ਕੀਤੀ ਜਾਰੀ। ਟਿਕਟ ਕੱਟੇ ਜਾਣ ਤੋਂ ਸਾਬਕਾ ਵਿਧਾਇਕ ਗੋਲਡੀ ਖੰਗੂੜਾ ਨਾਰਾਜ਼, ਪਾਰਟੀ ਹਾਈਕਮਾਂਡ ਤੇ ਚੁੱਕੇ ਸਵਾਲ। ਚੋਣ ਪ੍ਰਚਾਰ ਕਰਨ ਲਈ ਗੁਜਰਾਤ ਪਹੁੰਚੇ ਸੀਐਮ ਮਾਨ, 19 ਅਪ੍ਰੈਲ ਤੋਂ ਪੰਜਾਬ ਵਿੱਚ ਕੀਤਾ ਜਾਵੇਗਾ ਚੋਣਾਂ ਦਾ ਪ੍ਰਚਾਰ। ਚੋਣ ਪ੍ਰਚਾਰ ਕਰਨ ਵਾਸਤੇ ਅੰਮ੍ਰਿਤਸਰ ਪਹੁੰਚੇ ਗੁਰਜੀਤ ਔਜਲਾ, ਪਾਰਟੀ ਵਰਕਰਾਂ ਨੇ ਕੀਤਾ ਫੁੱਲਾਂ ਦੇ ਨਾਲ ਸਵਾਗਤ। ਤੇ ਹੁਣ ਖਬਰਾਂ ਵਿਸਥਾਰ ਨਾਲ। ਅੱਜ ਆਮ ਆਦਮੀ ਪਾਰਟੀ ਨੇ ਆਪਣੇ ਲੋਕ ਸਭਾ ਉਮੀਦਵਾਰਾਂ ਦੀ ਤੀਜੀ ਲਿਸਟ ਜਾਰੀ ਕਰ ਦਿੱਤੀ ਹੈ, ਜਿਸ ਤੋਂ ਬਾਅਦ ਪਾਰਟੀ ਨੇ 13 ਦੇ 13 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ। ਦੱਸ ਦਈਏ ਕਿ ਆਮ ਆਦਮੀ ਪਾਰਟੀ ਨੇ ਜੋ ਅੱਜ ਸੂਚੀ ਜਾਰੀ ਕੀਤੀ ਹੈ, ਉਸ ਵਿੱਚ 4 ਉਮੀਦਵਾਰਾਂ ਦੇ ਨਾਮ ਸ਼ਾਮਿਲ ਕੀਤੇ ਗਏ ਨੇ ਤੇ ਇਸ ਦੇ ਵਿੱਚ ਪਵਨ ਟੀਨੂ ਦਾ ਨਾਮ ਵੀ ਸ਼ਾਮਿਲ ਹੈ। ਦੂਜੇ ਪਾਸੇ ਭਾਜਪਾ ਨੇ ਵੀ ਆਪਦੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ, ਜਿਸ ਵਿੱਚ 3 ਨਵੇਂ ਉਮੀਦਵਾਰਾਂ ਦੇ ਨਾਮ ਸ਼ਾਮਿਲ ਕੀਤੇ ਨੇ। ਦੱਸ ਦਈਏ ਕਿ ਬਠਿੰਡਾ ਤੋਂ ਭਾਜਪਾ ਦੇ ਵੱਲੋਂ ਪਰਮਪਾਲ ਕੌਰ ਸਿੱਧੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ। ਆਮ ਆਦਮੀ ਪਾਰਟੀ ਨੇ ਆਪਣੇ ਲੋਕ ਸਭਾ ਉਮੀਦਵਾਰਾਂ ਦੇ 4 ਹੋਰ ਨਾਮਾਂ ਦਾ ਐਲਾਨ ਕਰ ਦਿੱਤਾ ਹੈ। ਇਸ ਵਿੱਚ ਲੁਧਿਆਣਾ ਤੋਂ ਵਿਧਾਇਕ ਅਸ਼ੋਕ ਪੱਪੀ ਪਰਾਸ਼ਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਤੇ ਫਿਰੋਜ਼ਪੁਰ ਤੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ, ਗੁਰਦਾਸਪੁਰ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਅਤੇ ਜਲੰਧਰ ਦੇ ਵਿਧਾਇਕ ਪਵਨ ਟੀਨੂ ਨੂੰ ਟਿਕਟਾਂ ਦਿੱਤੀਆਂ ਗਈਆਂ ਨੇ। ਦੱਸ ਦਈਏ ਕਿ ਪਵਨ ਟੀਨੂ ਹੁਣੇ ਹੁਣੇ ਹੀ ਅਕਾਲੀ ਦਲ ਦਾ ਪੱਲਾ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਆਪਣੀਆਂ 2 ਸੂਚੀਆਂ ਜਾਰੀ ਕੀਤੀਆਂ ਸਨ, ਜਿਸ ਤੋਂ ਬਾਅਦ ਸੁਸ਼ੀਲ ਰਿੰਕੂ, ਜਿਨ੍ਹਾਂ ਨੂੰ ਜਲੰਧਰ ਤੋਂ ਟਿਕਟ ਮਿਲੀ ਸੀ, ਉਹਨਾਂ ਨੇ ਆਮ ਆਦਮੀ ਪਾਰਟੀ ਛੱਡ ਦਿੱਤੀ ਸੀ ਤੇ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਸਨ। ਰਿੰਕੂ ਤੋਂ ਇਲਾਵਾ ਇਨ੍ਹਾਂ ਸੂਚੀਆਂ ਦੇ ਵਿੱਚ ਸੰਗਰੂਰ ਤੋਂ ਮੰਤਰੀ ਗੁਰਮੀਤ ਸਿੰਘ ਮੀਥਿਅਰ, ਪਟਿਆਲਾ ਤੋਂ ਮੰਤਰੀ ਡਾਕਟਰ ਬਲਬੀਰ ਸਿੰਘ, ਖਡੂਰ ਸਾਹਿਬ ਤੋਂ ਮੰਤਰੀ ਲਾਲਜੀਤ ਸਿੰਘ ਭੁੱਲਰ, ਅੰਮ੍ਰਿਤਸਰ ਤੋਂ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਬਠਿੰਡਾ ਤੋਂ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਫਰੀਦਕੋਟ ਤੋਂ ਸੈਲੀਬ੍ਰਿਟੀ ਕਰਮਜੀਤ ਅਨਮੋਲ ਅਤੇ ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ ਦੇ ਨਾਮ ਸ਼ਾਮਿਲ ਕੀਤੇ ਗਏ ਸਨ। ਇਸ ਤੋਂ ਇਲਾਵਾ ਪਾਰਟੀ ਨੇ ਮੁੱਖ ਬੁਲਾਰੇ ਮਾਲਵਿੰਦਰ ਕੰਗ ਨੂੰ ਆਨੰਦਪੁਰ ਸਾਹਿਬ ਤੋਂ ਅਤੇ ਹੁਸ਼ਿਆਰਪੁਰ ਤੋਂ ਡਾਕਟਰ ਰਾਜ ਕੁਮਾਰ ਚੱਬੇਵਾਲ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ। ਦੱਸ ਦਈਏ ਕਿ ਚੱਬੇਵਾਲ ਵੀ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਸਨ। ਤੇ ਦੂਜੇ ਪਾਸੇ ਭਾਜਪਾ ਨੇ ਵੀ ਅੱਜ ਆਪਣੇ ਲੋਕ ਸਭਾ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕਰ ਦਿੱਤੀ ਏ। ਇਸ ਦੇ ਵਿੱਚ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਸਿੱਧੂ ਦਾ ਵੀ ਨਾਮ ਸ਼ਾਮਿਲ ਏ। ਬੀਤੇ ਦਿਨੀ ਕਿਆਸਰੇ ਲਗਾਏ ਗਏ ਸਨ ਕਿ ਪਾਰਟੀ ਉਹਨਾਂ ਨੂੰ ਬਠਿੰਡਾ ਤੋਂ ਚੋਣ ਮੈਦਾਨ ਦੇ ਵਿੱਚ ਉਤਾਰ ਸਕਦੀ ਏ ਤੇ ਅਜਿਹੀਆਂ ਖਬਰਾਂ ਅੱਜ ਸੱਚ ਹੋ ਗਈਆਂ ਨੇ। ਭਾਜਪਾ ਨੇ ਬਠਿੰਡਾ ਤੋਂ ਪਰਮਪਾਲ ਕੌਰ ਸਿੱਧੂ ਨੂੰ ਟਿਕਟ ਦਿੱਤੀ ਏ ਤੇ ਦੂਜੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ 3 ਵਾਰ ਸੰਸਦ ਮੈਂਬਰ ਰਹਿ ਚੁੱਕੀ ਪਤਨੀ ਹਰਸਿਮਰਤ ਕੌਰ ਬਾਦਲ ਦੇ ਨਾਲ ਇਹਨਾਂ ਦੀ ਕੜੀ ਟੱਕਰ ਹੋਣ ਦੀ ਗੱਲ ਸਾਹਮਣੇ ਆਈ ਏ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਨੇ ਹਜੇ ਤੱਕ ਬਠਿੰਡਾ ਤੋਂ ਉਮੀਦਵਾਰ ਨਹੀਂ ਐਲਾਨਿਆ। ਦੂਜੇ ਪਾਸੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਨੂੰ ਹੁਸ਼ਿਆਰਪੁਰ ਤੋਂ ਟਿਕਟ ਦਿੱਤੀ ਗਈ ਏ। ਭਾਜਪਾ ਨੇ ਖਡੂਰ ਸਾਹਿਬ ਤੋਂ ਮਨਜੀਤ ਸਿੰਘ ਮੰਨਾ ਮੀਆਂਵਿੰਡ ਨੂੰ ਟਿਕਟ ਦਿੱਤੀ ਏ। ਦੱਸ ਦਈਏ ਕਿ ਇਸ ਤੋਂ ਪਹਿਲਾਂ ਭਾਜਪਾ ਨੇ 6 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ, ਜਿਸ ਵਿੱਚ ਜਲੰਧਰ ਤੋਂ ਸੁਸ਼ੀਲ ਰਿੰਕੂ ਨੂੰ, ਲੁਧਿਆਣਾ ਤੋਂ ਰਵਨੀਤ ਬਿੱਟੂ ਨੂੰ, ਪਟਿਆਲਾ ਤੋਂ ਪਰਨੀਤ ਕੌਰ ਨੂੰ, ਫਰੀਦਕੋਟ ਤੋਂ ਹੰਸਰਾਜ ਹੰਸ ਨੂੰ, ਗੁਰਦਾਸਪੁਰ ਤੋਂ ਦਿਨੇਸ਼ ਬੱਬੂ ਨੂੰ ਅਤੇ ਅੰਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਧੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਵਾਰ ਸਿਆਸੀ ਪਾਰਟੀਆਂ ਦਾ ਕਾਫੀ ਫਸਵਾ ਮੁਕਾਬਲਾ ਦੱਸਿਆ ਜਾ ਰਿਹਾ ਹੈ। ਵੇਖਣਾ ਤਾਂ ਇਹ ਹੋਵੇਗਾ ਕਿ ਇਸ ਵਾਰ ਕਿਹੜੀ ਪਾਰਟੀ ਦਾ ਉਮੀਦਵਾਰ ਕਿਹੜੇ ਹਲਕੇ ਤੋਂ ਕਿੰਨੀਆਂ ਵੋਟਾਂ ਲੈ ਕੇ ਬਾਜ਼ੀ ਮਾਰਦਾ ਏ।
ਕਾਂਗਰਸ ਨੇ ਲੋਕ ਸਭਾ ਨੂੰ ਲੈ ਕੇ 6 ਉਮੀਦਵਾਰਾਂ ਦੇ ਨਾਮ ਦਾ ਐਲਾਨ ਕੀਤਾ ਹੈ, ਜਿਸ ਤੋਂ ਬਾਅਦ ਪਾਰਟੀ ਵਿੱਚ ਕਾਂਟੋ ਕਲੇਸ਼ ਸ਼ੁਰੂ ਹੋ ਗਿਆ। ਦੱਸ ਦਈਏ ਕਿ ਧੂਰੀ ਤੋਂ ਸਾਬਕਾ ਵਿਧਾਇਕ ਗੋਲਡੀ ਖੰਗੂੜਾ ਦੇ ਵੱਲੋਂ ਇਸ ਤੇ ਇਤਰਾਜ਼ ਜਤਾਇਆ ਗਿਆ ਹੈ। ਉਹਨਾਂ ਨੇ ਪਾਰਟੀ ਹਾਈਕਮਾਨ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕੀਤਾ ਹੈ। ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ ਦੇ ਨਾਮ ਦਾ ਐਲਾਨ ਕੀਤਾ, ਜਿਸ ਤੋਂ ਬਾਅਦ ਗੋਲਡੀ ਖੰਗੂੜਾ ਦੇ ਵੱਲੋਂ ਇਤਰਾਜ਼ ਜਤਾਇਆ ਗਿਆ। ਹਾਲਾਂਕਿ ਕੱਲ੍ਹ ਸੁਖਪਾਲ ਖਹਿਰਾ ਗੋਲਡੀ ਖੰਗੂੜਾ ਦੇ ਨਾਲ ਮੁਲਾਕਾਤ ਕਰਨ ਲਈ ਸੰਗਰੂਰ ਜਾਣਗੇ। ਧੂਰੀ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਗੋਲਡੀ ਖੰਗੂੜਾ ਨੇ ਲੋਕ ਸਭਾ ਉਮੀਦਵਾਰ ਦੀ ਟਿਕਟ ਕੱਟੇ ਜਾਣ ਤੋਂ ਬਾਅਦ ਪਾਰਟੀ ਦੇ ਪ੍ਰਤੀ ਨਾਰਾਜ਼ਗੀ ਜ਼ਾਹਿਰ ਕੀਤੀ ਏ। ਉਹਨਾਂ ਨੇ ਇਸ ਮੌਕੇ ਪਾਰਟੀ ਹਾਈਕਮਾਨ ਤੇ ਕਈ ਤਰ੍ਹਾਂ ਦੇ ਸਵਾਲ ਵੀ ਚੁੱਕੇ ਨੇ ਤੇ ਨਾਲ ਹੀ ਇਸ ਦੇ ਬਾਵਜੂਦ ਵੀ ਉਹਨਾਂ ਨੇ ਸੁਖਪਾਲ ਸਿੰਘ ਖਹਿਰਾ ਨੂੰ ਲੋਕ ਸਭਾ ਉਮੀਦਵਾਰ ਚੁਣੇ ਜਾਣ ਤੋਂ ਬਾਅਦ ਵਧਾਈ ਦਿੱਤੀ ਏ। ਗੋਲਡੀ ਖੰਗੂੜਾ ਨੇ ਪਾਰਟੀ ਹਾਈਕਮਾਨ ਤੇ ਸਵਾਲ ਚੁੱਕਦਿਆਂ ਹੋਇਆਂ ਕਿਹਾ ਕਿ ਜਿਨ੍ਹਾਂ ਜਿਨ੍ਹਾਂ ਤੇ ਪਾਰਟੀ ਨੇ ਭਰੋਸਾ ਕੀਤਾ ਅੱਜ ਉਹ ਲੀਡਰ ਕਿੱਥੇ ਨੇ। ਉਹਨਾਂ ਕਿਹਾ ਕਿ 2022 ਦੇ ਵਿੱਚ ਸੀਐਮ ਮਾਨ ਦੇ ਖਿਲਾਫ ਵੱਡੇ ਚਿਹਰੇ ਦੀ ਲੋੜ ਸੀ ਜਾਂ ਫਿਰ ਹੁਣ ਵੱਡੇ ਚਿਹਰੇ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਤਨਦੇਹੀ ਦੇ ਨਾਲ ਉਹਨਾਂ ਸੇਵਾ ਨਿਭਾਈ, ਪਰ ਇਹ ਕੋਈ ਪਹਿਲੀ ਵਾਰ ਨਹੀਂ ਕਿ ਪਾਰਟੀ ਨੇ ਉਹਨਾਂ ਦੀ ਟਿਕਟ ਕੱਟ ਦਿੱਤੀ। ਟਿਕਟ ਕੱਟੇ ਜਾਣ ਤੋਂ ਬਾਅਦ ਗੋਲਡੀ ਖੰਗੂੜਾ ਨੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕੀ ਕਿਹਾ, ਤੁਹਾਨੂੰ ਸੁਣਾਉਂਦੇ ਹਾਂ। ਇਹ ਕੋਈ ਪਹਿਲੀ ਵਾਰ ਟਿਕਟ ਨਹੀਂ ਕੱਟੀ ਮੇਰੀ। ਜਦੋਂ ਮੈਂ ਯੂਨੀਵਰਸਿਟੀ ਤੋਂ 2008 'ਚ ਆਇਆ ਆਪਦੇ ਹਲਕੇ 'ਚ ਧੂਰੀ 'ਚ, ਤਾਂ ਲਗਾਤਾਰ ਮਿਹਨਤ ਕਰਕੇ 2012 ਦੀ ਮੈਂ ਟਿਕਟ ਦੀ ਮੰਗ ਕਰੀ। ਉਦੋਂ ਮੇਰੀ ਟਿਕਟ ਕੱਟ ਕੇ ਜਿਹੜੇ ਵੀ ਉਮੀਦਵਾਰ ਨੂੰ ਦਿੱਤੀ ਗਈ, ਮੈਂ ਪਾਰਟੀ ਹਾਈਕਮਾਂਡ ਤੋਂ ਪੁੱਛਣਾ ਚਾਹੁੰਦਾ ਕਿ ਅੱਜ ਉਹ ਆਪਣੀ ਪਾਰਟੀ ਦਾ ਹਿੱਸਾ ਨੇ, ਪਰ ਦਲਵੀਰ ਸਿੰਘ ਗੋਲਡੀ ਉੱਥੇ ਦਾ ਉੱਥੇ ਖੜ੍ਹਾ। ਉਸ ਤੋਂ ਬਾਅਦ ਬਾਈ ਇਲੈਕਸ਼ਨ ਆਈ 2014 ਦੀ, ਉਦੋਂ ਮੇਰੀ ਟਿਕਟ ਕੱਟੀ ਗਈ ਕਿ ਉਹ ਉਮੀਦਵਾਰ ਉਦੋਂ ਜਿਹੜਾ ਤੁਸੀਂ ਨੇ ਬਣਾਇਆ ਸੀ ਉਹ ਪਾਰਟੀ ਨਾਲ ਖੜ੍ਹਾ ਜਾਂ ਨਹੀਂ ਖੜ੍ਹਾ, ਪਰ ਦਲਵੀਰ ਸਿੰਘ ਉੱਥੇ ਦਾ ਉੱਥੇ ਖੜ੍ਹਾ। ਫਿਰ 2019 ਦੀ ਜਿਹੜੀ ਲੋਕ ਸਭਾ ਦੀ ਚੋਣ ਆਈ, ਜਿਹਦੇ 'ਚ ਮੇਰੀ ਵਾਈਫ ਸਿਮਰ ਤਿਆਰੀ ਕਰ ਰਹੀ ਸੀ, ਸਾਡੀ ਟਿਕਟ ਕੱਟੀ ਗਈ ਅਤੇ ਜਿਹੜੇ ਉਮੀਦਵਾਰ ਨੂੰ ਉਦੋਂ ਟਿਕਟ ਦਿੱਤੀ ਗਈ ਕਿ ਉਹ ਅੱਜ ਆਪਣੀ ਪਾਰਟੀ 'ਚ ਹੈ ਜਾਂ ਨਹੀਂ ਹੈ, ਪਰ ਦਲਵੀਰ ਸਿੰਘ ਅਤੇ ਉਹਦਾ ਪਰਿਵਾਰ ਅੱਜ ਵੀ ਇਸ ਪਾਰਟੀ ਦੇ ਨਾਲ ਖੜ੍ਹਾ। ਅਤੇ ਇੱਕ ਗੱਲ ਮੈਂ ਹੋਰ, 2022 ਦੇ ਵਿੱਚ ਜਦੋਂ ਮੈਂ ਮੁੱਖ ਮੰਤਰੀ ਸਾਹਿਬ ਦੇ ਸਾਹਮਣੇ ਇਲੈਕਸ਼ਨ ਲੜ ਰਿਹਾ ਸੀ ਕਿ ਉਦੋਂ ਵੱਡੇ ਚਿਹਰੇ ਦੀ ਜ਼ਿਆਦਾ ਜ਼ਰੂਰਤ ਸੀ ਜਾਂ ਅੱਜ ਵੱਡੇ ਚਿਹਰੇ ਦੀ ਜ਼ਿਆਦਾ ਜ਼ਰੂਰਤ ਆ। ਜਦੋਂ 2022 ਦੀ ਜਿਮਣੀ ਚੋਣ, ਲੋਕ ਸਭਾ ਜਿਮਣੀ ਚੋਣ ਆਈ, ਜਦੋਂ ਸਾਰੇ ਲੀਡਰ ਭੱਜ ਗਏ, ਕੋਈ ਲੜਨ ਲਈ ਤਿਆਰ ਨਹੀਂ ਸੀ, ਉਦੋਂ ਵੱਡੇ ਚਿਹਰੇ ਦੀ ਜ਼ਰੂਰਤ ਸੀ ਜਾਂ ਅੱਜ ਵੱਡੇ ਚਿਹਰੇ ਦੀ ਜ਼ਰੂਰਤ ਆ। ਅਤੇ ਫਿਰ ਲਗਾਤਾਰ ਮੈਂ ਕੰਮ ਕਰਿਆ, ਮੇਰੇ ਨਾਲ ਪਾਰਟੀ ਨੇ ਕਮਿਟਮੈਂਟ ਕਰੀ ਕਿ ਤੁਹਾਨੂੰ ਇਹ ਜਿਮਣੀ ਚੋਣ ਲੜਾ ਰਹੇ ਹਾਂ ਤਾਂ ਕਿ ਆਉਣ ਵਾਲੀ 2024 ਦੀ ਲੋਕ ਸਭਾ ਇਲੈਕਸ਼ਨ ਵੀ ਤੁਸੀਂ ਲੜੋਗੇ। ਅਸੀਂ ਦਿਨ ਰਾਤ ਮਿਹਨਤ ਕਰਕੇ ਜਿਹੜਾ ਕੰਮ ਕਰਿਆ ਅਤੇ ਹੁਣ ਮੇਰੀ ਟਿਕਟ ਫੇਰ ਕੱਟਤੀ, ਕੋਈ ਗੱਲ ਨਹੀਂ, ਪਰ ਜੋ ਵੀ ਪਾਰਟੀ ਦਾ ਫੈਸਲਾ ਮੈਂ ਉਹਦੇ ਅੱਗੇ ਆਪਦਾ ਸਿਰ ਝੁਕਾਉਣਾ। ਇਹਦੇ ਨਾਲ ਨਾਲ ਵੀ ਮੈਂ ਧੰਨਵਾਦ ਕਰਦਾ ਸਾਡੀਆਂ, ਕਿਉਂਕਿ ਅੱਜ ਕੱਲ੍ਹ ਜਿਹੜਾ ਦੌਰ ਚੱਲ ਰਿਹਾ ਇਸ ਸਮੇਂ ਵੀ ਕੋਈ ਇੱਧਰ ਆ ਰਿਹਾ ਕੋਈ ਉੱਧਰ ਆ ਰਿਹਾ ਆਪਦੇ ਪਰਸਨਲ ਲਾਲਚਾਂ ਕਰਕੇ, ਪਰ ਮੈਂ ਉਹ ਲਾਲਚੀ ਬੰਦਾ ਨਹੀਂ ਹੈਗਾ। ਜ਼ਿਕਰਯੋਗ ਹੈ ਕਿ ਗੋਲਡੀ ਖੰਗੂੜਾ ਦੀ ਇਸ ਵੀਡੀਓ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਥੱਲੇ ਕਮੈਂਟ ਕਰਕੇ ਲਿਖਿਆ ਹੈ ਕਿ ਪਿਆਰੇ ਗੋਲਡੀ, ਮੈਂ ਤੁਹਾਡੀਆਂ ਭਾਵਨਾਵਾਂ ਦਾ ਸਤਿਕਾਰ ਕਰਦਾ ਹਾਂ ਕਿਉਂਕਿ ਮੇਰੀ ਪੂਰੀ ਜ਼ਿੰਦਗੀ ਸੰਘਰਸ਼ਮਈ ਰਹੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਗੋਲਡੀ ਨੂੰ ਭਰੋਸਾ ਦਵਾਇਆ ਹੈ ਕਿ ਉਹ ਸੁਖਪਾਲ ਖਹਿਰਾ ਦੇ ਪੁੱਤਰ ਮਹਿਤਾਬ ਵਰਗੇ ਨੇ। ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਆਪਣੀ ਇਸ ਲੜਾਈ ਦੇ ਵਿੱਚ ਉਹਨਾਂ ਦਾ ਸਮਰਥਨ ਚਾਹੁੰਦੇ ਨੇ ਤੇ ਕੱਲ੍ਹ ਦੁਪਹਿਰ 12 ਵਜੇ ਪਾਰਟੀ ਦੇ ਸੀਨੀਅਰ ਨੇਤਾਵਾਂ ਦੇ ਨਾਲ ਚੋਣ ਮੁਹਿੰਮ ਸ਼ੁਰੂ ਕਰਨ ਦੇ ਵਾਸਤੇ ਗੋਲਡੀ ਖੰਗੂੜਾ ਦੇ ਘਰ ਵਿਖੇ ਪਹੁੰਚਣਗੇ। ਵੇਖਣਾ ਇਹ ਹੋਵੇਗਾ ਕਿ ਗੋਲਡੀ ਖੰਗੂੜਾ ਕਿੰਨੇ ਕੁ ਖੁੱਲ੍ਹੇ ਦਿਲ ਦੇ ਨਾਲ ਸੁਖਪਾਲ ਖਹਿਰਾ ਦਾ ਸਮਰਥਨ ਕਰਦੇ ਨੇ।
ਅਰਵਿੰਦ ਕੇਜਰੀਵਾਲ ਦੇ ਜੇਲ੍ਹ ਜਾਣ ਤੋਂ ਬਾਅਦ ਸੀਐਮ ਭਗਵੰਤ ਮਾਨ ਲਗਾਤਾਰ ਚੋਣ ਪ੍ਰਚਾਰ ਕਰਨ ਦੇ ਵਿੱਚ ਜੁਟੇ ਹੋਏ ਨੇ। ਬੀਤੇ ਦਿਨੀ ਅਸਾਮ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਚੋਣ ਪ੍ਰਚਾਰ ਕੀਤਾ ਤੇ ਅੱਜ ਉਹ ਗੁਜਰਾਤ ਪਹੁੰਚੇ ਹੋਏ ਨੇ, ਜਿੱਥੇ ਗੁਜਰਾਤ ਦੇ ਉਮੀਦਵਾਰਾਂ ਦੇ ਹੱਕ ਵਿੱਚ ਸੀਐਮ ਮਾਨ ਦੇ ਵੱਲੋਂ ਰੋਡ ਸ਼ੋਅ ਕੀਤੇ ਜਾ ਰਹੇ ਨੇ। ਦੱਸ ਦਈਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਲਦ ਹੀ ਪੰਜਾਬ ਵਾਸਤੇ ਵੀ ਸੀਐਮ ਮਾਨ ਚੋਣਾਂ ਦਾ ਪ੍ਰਚਾਰ ਕਰਨਗੇ। ਗੁਜਰਾਤ ਦੇ ਭਾਵਨਗਰ ਪਹੁੰਚੇ ਸੀਐਮ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਉਮੇਸ਼ ਮਕਵਾਣਾ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਮੌਕੇ ਰੱਖੇ ਰੋਡ ਸ਼ੋਅ ਦੇ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਨੇ ਆਪ ਵਰਕਰਾਂ ਦੇ ਵਿੱਚ ਵਾਧੂ ਜੋਸ਼ ਭਰਿਆ। ਉਹਨਾਂ ਨੇ ਵਿਰੋਧੀ ਪਾਰਟੀਆਂ ਤੇ ਜ਼ੁਬਾਨੀ ਹਮਲੇ ਵੀ ਕੀਤੇ। ਇਸ ਦੌਰਾਨ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਵਿੱਚ ਬੰਦ ਹੋਣ ਦੀ ਗੱਲ ਕਰਦਿਆਂ ਹੋਇਆਂ ਸੀਐਮ ਮਾਨ ਮੁੜ ਤੋਂ ਭਾਵੁਕ ਵਿਖਾਈ ਦਿੱਤੇ। ਉਹਨਾਂ ਕਿਹਾ ਕਿ ਭਾਵੇਂ ਸਮਾਂ ਖਰਾਬ ਚੱਲ ਰਿਹਾ ਹੈ ਪਰ ਹਾਲਾਤ ਜ਼ਰੂਰ ਬਦਲਣਗੇ। ਇਸ ਮੌਕੇ ਆਪਣੇ ਵਰਕਰਾਂ ਦੇ ਵਿੱਚ ਉਤਸ਼ਾਹ ਭਰਦਿਆਂ ਹੋਇਆਂ ਉਹਨਾਂ ਕੀ ਕਿਹਾ ਤੁਹਾਨੂੰ ਸੁਣਾਉਂਦੇ ਹਾਂ। जो हमको हरा सकती है उसका नाम है आम आदमी पार्टी, उसके प्रधान को अंदर करके आप रोक लोगे। दरियाओं को रोका नहीं जा सकता, दरिया अपना रास्ता खुद बनाते हैं भाई। मैं कहूंगा जेल के ताले टूटेंगे, आपने कहना है केजरीवाल छूटेंगे। जेल के ताले टूटेंगे, जेल के ताले टूटेंगे। मैं तो यही कहूंगा कि हम वो पत्ते नहीं, ये आप लोग सब पत्ते हैं, हम वो पत्ते नहीं जो शाख से टूट कर गिर जाएंगे। आंधियों को कह दो अपनी औकात में रहें। कोई बात नहीं भाई साहब, संकट के दिन है, हमको सबको केजरीवाल बनना पड़ेगा। यही मैसेज दिया कल उन्होंने यादव जी ने कि गुजरात वालों को कहना सारे केजरीवाल बन जाओ, सारे सच बोलने लगो, सारे सच के साथ हो जाओ। यही मैसेज है उनका। लोगों को अक्सर करके सुना है जिंदा रहे तो फिर मिलेंगे, लेकिन इस दिन ने कहा है मिलते रहे तो जिंदा रहे। ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਦੀ ਗੈਰ ਹਾਜ਼ਰੀ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਲੋਕ ਸਭਾ ਚੋਣਾਂ ਦੇ ਪ੍ਰਚਾਰ ਕਰਨ ਦੀ ਕਮਾਨ ਸੰਭਾਲੀ ਹੋਈ ਹੈ ਅਤੇ ਪੰਜਾਬ ਦੇ ਵਿੱਚ 19 ਅਪ੍ਰੈਲ ਤੋਂ ਲੋਕ ਸਭਾ ਚੋਣਾਂ ਦਾ ਪ੍ਰਚਾਰ ਕਰਨ ਦੇ ਵਿੱਚ ਜੁਟਣਗੇ। ਵੇਖਣਾ ਇਹ ਹੋਵੇਗਾ ਕਿ ਪੰਜਾਬ ਦੇ ਲੋਕ ਸੀਐਮ ਮਾਨ ਨੂੰ ਕਿੰਨਾ ਕੁ ਭਾਰੀ ਬਹੁਮਤ ਦਿੰਦੇ ਨੇ। ਬਾਕੀ ਸਿਆਸੀ ਪਾਰਟੀਆਂ ਦੇ ਉਮੀਦਵਾਰ ਚੋਣ ਪ੍ਰਚਾਰ ਦੇ ਵਿੱਚ ਜੁਟੇ ਹੋਏ ਸਨ, ਜਿਸ ਤੋਂ ਬਾਅਦ ਗੁਰਜੀਤ ਔਜਲਾ ਨੇ ਵੀ ਚੋਣ ਪ੍ਰਚਾਰ ਦੀ ਕਮਾਨ ਸੰਭਾਲ ਲਈ ਹੈ। ਦੱਸ ਦਈਏ ਕਿ ਅੰਮ੍ਰਿਤਸਰ ਤੋਂ ਮੌਜੂਦਾ ਸਾਂਸਦ ਗੁਰਜੀਤ ਔਜਲਾ ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ਪਹੁੰਚ ਚੁੱਕੇ ਨੇ, ਜਿੱਥੇ ਵਰਕਰਾਂ ਦੇ ਵੱਲੋਂ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਤੇ ਅੱਜ ਤੋਂ ਹੀ ਗੁਰਜੀਤ ਔਜਲਾ ਨੇ ਚੋਣ ਪ੍ਰਚਾਰ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ, ਜਿਸ ਮੌਕੇ ਵਰਕਰਾਂ ਨੇ ਉਹਨਾਂ ਨੂੰ ਖੁੱਲ੍ਹਾ ਸਮਰਥਨ ਦਿੱਤਾ ਹੈ। ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਪਹੁੰਚਣ ਤੋਂ ਬਾਅਦ ਕਾਂਗਰਸੀ ਵਰਕਰਾਂ ਤੇ ਨੇਤਾਵਾਂ ਨੇ ਗੁਰਜੀਤ ਔਜਲਾ ਦਾ ਭਰਵਾਂ ਸਵਾਗਤ ਕੀਤਾ। ਇਸ ਦੌਰਾਨ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਸੈਂਕੜਿਆਂ ਦੀ ਤਾਦਾਦ ਵਿੱਚ ਵਰਕਰ ਪਹੁੰਚੇ ਹੋਏ ਸਨ ਤੇ ਉਹਨਾਂ ਦੇ ਵੱਲੋਂ ਗੁਰਜੀਤ ਔਜਲਾ ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਢੋਲ ਢਮੱਕਿਆਂ ਦੇ ਨਾਲ ਭੰਗੜਾ ਪਾਉਂਦੇ ਹੋਏ ਵਰਕਰ ਸਵਾਗਤ ਵਾਸਤੇ ਪਹੁੰਚੇ ਹੋਏ ਸਨ। ਇਸ ਮੌਕੇ ਵਰਕਰਾਂ ਦੇ ਵਿੱਚ ਭਾਰੀ ਖੁਸ਼ੀ ਵੇਖਣ ਨੂੰ ਮਿਲੀ। ਦੂਜੇ ਪਾਸੇ ਕਾਂਗਰਸੀ ਨੇਤਾਵਾਂ ਨੇ ਕਿਹਾ ਕਿ ਗੁਰਜੀਤ ਔਜਲਾ ਨੂੰ ਪਾਰਟੀ ਹਾਈਕਮਾਂਡ ਨੇ ਟਿਕਟ ਦੇ ਕੇ ਭੇਜਿਆ। ਗੁਰਜੀਤ ਔਜਲਾ ਨੇ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੇ ਵਾਸਤੇ ਤਿਆਰੀ ਖਿੱਚ ਲਈ ਹੈ ਤੇ ਇਸ ਮੌਕੇ ਤੇ ਉਹਨਾਂ ਦਾ ਕੀ ਕਹਿਣਾ ਸੀ ਤੁਹਾਨੂੰ ਸੁਣਾਉਂਦੇ ਹਾਂ। ਰਾਮਦਾਸ ਜੀ ਨਗਰੀ ਨੂੰ ਇਹ ਟਿਕਟ ਹੈ, ਇੱਥੋਂ ਦੇ ਪਵਿੱਤਰ ਸਰੋਵਰਾਂ ਨੂੰ ਟਿਕਟ ਹੈ, ਇੱਥੋਂ ਦੇ ਧਾਰਮਿਕ ਸਥਾਨਾਂ ਦੀ, ਇੱਥੋਂ ਦੀ ਸੰਗਤ ਦੀ ਟਿਕਟ ਹੈ। ਮੈਂ ਉਹਨਾਂ ਨੂੰ ਸਮਰਪਿਤ ਹਾਂ, ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕਰਦਾ
ਮੈਂ ਪੰਜਾਬ ਪ੍ਰਦੇਸ਼ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕਰਦਾ, ਮੈਂ ਅੰਮ੍ਰਿਤਸਰ ਦੀ ਲੋਕਲ ਲੀਡਰਸ਼ਿਪ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਸਹਿਮਤੀ ਦੇ ਨਾਲ ਇਹ ਪ੍ਰਭਾਸ ਨੇ ਉਮੀਦਵਾਰ ਤੋਂ ਚੱਕਿਆ। ਇਹਨਾਂ ਦੀ ਟਿਕਟ ਹੈ, ਵਰਕਰਾਂ ਦੀ ਟਿਕਟ ਹੈ। ਦੇਖੋ ਉਹ ਆਪਾਂ ਆਪਣੀਆਂ ਖਬਰਾਂ ਲਾਉਣ ਵਾਲਿਆਂ ਦੇ ਸੋਰਸ ਹੁੰਦੇ ਆ, ਆਪਾਂ ਤਾਂ ਪਹਿਲੇ ਦਿਨ ਵੀ ਕਿਹਾ ਸੀ, ਅੱਜ ਵੀ ਕਹਿੰਦੇ ਹਾਂ ਇਹ ਕਾਂਗਰਸ ਪਾਰਟੀ ਦੇ ਸਿਪਾਹੀ ਹੈ। ਉਦੋਂ ਵੀ ਕਿਹਾ ਕਾਂਗਰਸ ਪਾਰਟੀ ਜਿਹਨੂੰ ਵੀ ਟਿਕਟ ਦੇਗੀ ਔਜਲਾ ਨਾਲ ਖੜਾ ਹੈ, ਔਰ ਅੱਜ ਵੀ ਉੱਥੇ ਹੀ ਔਜਲਾ। ਇਹ ਮੇਰੀ ਟਿਕਟ ਨਹੀਂ ਗੀ, ਇਹ ਗੁਰੂ ਨਗਰੀ ਦੀ ਟਿਕਟ ਹੈ, ਇਸ ਨਗਰੀ ਦੇ ਪਵਿੱਤਰ ਸਥਾਨ। ਸਭ ਤੋਂ ਪਹਿਲਾਂ ਆਪਣੀ ਹਾਈ ਕਮਾਂਡ ਦਾ ਧੰਨਵਾਦੀ ਹੈ ਜਿਨ੍ਹਾਂ ਨੇ ਔਜਲਾ ਸਾਹਿਬ ਨੂੰ ਤੀਸਰੀ ਵਾਰੀ ਇਹ ਮੌਕਾ ਦਿੱਤਾ ਅਤੇ ਸਾਡੇ ਸਾਰੇ ਅੰਮ੍ਰਿਤਸਰ ਨਗਰੀ ਦਾ ਮਾਣ ਕੀਤਾ। ਬਹੁਤ ਵੱਡਾ ਜੋਸ਼ ਤੁਸੀਂ ਦੇਖ ਰਹੇ ਹੋ ਵਰਕਰਾਂ ਦੇ ਵਿੱਚ, ਅੱਜ ਇੰਤਜ਼ਾਰ ਹੋ ਰਿਹਾ। ਦੁਰਗਾ ਅਸ਼ਟਮੀ ਦੇ ਬਾਵਜੂਦ ਅੱਜ ਜੋਤਾਂ ਨੇ, ਲੋਕ ਪਹੁੰਚੇ ਨੇ, ਜਿੰਨੇ ਅੰਦਰ ਦਿਖਾਈ ਦੇ ਉਨੇ ਹੀ ਬਾਹਰ ਨੇ, ਔਰ ਇਹ ਮਾਹੌਲ ਦੱਸ ਰਿਹਾ ਕਿ ਐਰਕੀ ਜੇ ਔਜਲਾ ਸਾਹਿਬ ਪਿਛਲੀ ਵਾਰੀ 1 ਲੱਖ ਵੋਟ ਤੋਂ ਜਿੱਤੇ ਨੇ, ਇਹ ਲੀਡ ਐਰਕੀ ਬਹੁਤ ਅੱਗੇ ਵਧੇਗੀ। ਜ਼ਿਕਰਯੋਗ ਹੈ ਕਿ ਕਾਂਗਰਸ ਨੇ ਇਸ ਵਾਰ ਤੀਜੀ ਵਾਰ ਗੁਰਜੀਤ ਸਿੰਘ ਔਜਲਾ ਤੇ ਅੰਮ੍ਰਿਤਸਰ ਤੋਂ ਦਾਅ ਖੇਡਿਆ ਹੈ। ਇਸ ਤੋਂ ਪਹਿਲਾਂ 2 ਵਾਰ ਗੁਰਜੀਤ ਔਜਲਾ ਅੰਮ੍ਰਿਤਸਰ ਤੋਂ ਸਾਂਸਦ ਰਹਿ ਚੁੱਕੇ ਨੇ। ਵੇਖਣਾ ਇਹ ਹੋਵੇਗਾ ਕਿ ਇਸ ਵਾਰ ਵੀ ਗੁਰਜੀਤ ਔਜਲਾ ਲੋਕਾਂ ਦਾ ਵਿਸ਼ਵਾਸ ਜਿੱਤਣ ਦੇ ਵਿੱਚ ਸਮਰੱਥ ਰਹਿੰਦੇ ਨੇ ਜਾਂ ਫਿਰ ਲੋਕ ਕਿਸ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਫੈਸਲਾ ਸੁਣਾਉਂਦੇ ਨੇ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਗਾਤਾਰ ਜਲੰਧਰ ਤੋਂ ਲੋਕ ਸਭਾ ਨੂੰ ਲੈ ਕੇ ਚੋਣ ਪ੍ਰਚਾਰ ਕਰਨ ਦੇ ਵਿੱਚ ਜੁਟੇ ਹੋਏ ਨੇ। ਬੀਤੇ ਦਿਨੀ ਵੀ ਈਦ ਦੇ ਮੌਕੇ ਤੇ ਉਹ ਲੋਕਾਂ ਦੇ ਨਾਲ ਨਮਾਜ਼ ਪੜ੍ਹਦੇ ਹੋਏ ਵਿਖਾਈ ਦਿੱਤੇ ਸਨ ਤੇ ਅੱਜ ਫਿਰ ਤੋਂ ਉਹਨਾਂ ਨੇ ਪ੍ਰਚਾਰ ਕੀਤਾ ਹੈ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਉਹਨਾਂ ਨੇ ਪਾਰਟੀ ਛੱਡ ਕੇ ਗਏ ਗੱਦਾਰਾਂ ਦਾ ਵੀ ਜ਼ਿਕਰ ਕੀਤਾ ਹੈ। ਚੰਨੀ ਨੇ ਆਪਣੀਆਂ ਵਿਰੋਧੀ ਪਾਰਟੀਆਂ ਦੇ ਉੱਤੇ ਜੰਮ ਕੇ ਨਿਸ਼ਾਨੇ ਸਾਧੇ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲੋਕ ਸਭਾ ਉਮੀਦਵਾਰ ਐਲਾਨੇ ਜਾਣ ਤੋਂ ਪਹਿਲਾਂ ਹੀ ਚੰਨੀ ਨੇ ਜਲੰਧਰ ਦੇ ਵਿੱਚ ਲੋਕਾਂ ਨੂੰ ਮਿਲਣਾ ਵਰਤਣਾ ਸ਼ੁਰੂ ਕਰ ਦਿੱਤਾ ਸੀ ਅਤੇ ਹੁਣ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਚੰਨੀ ਨੇ ਆਪਣੀ ਇਸ ਤਿਆਰੀ ਨੂੰ ਹੋਰ ਦੁੱਗਣਾ ਕਰ ਦਿੱਤਾ ਹੈ। ਦਰਅਸਲ ਪ੍ਰਚਾਰ ਦੇ ਵਿੱਚ ਜੁਟੇ ਹੋਏ ਚੰਨੀ ਨੇ ਇਸ ਵਾਰ ਪ੍ਰੈਸ ਕਾਨਫਰੰਸ ਕਰਦਿਆਂ ਹੋਇਆਂ ਵਿਰੋਧੀ ਪਾਰਟੀਆਂ ਦੇ ਉਹਨਾਂ ਉਮੀਦਵਾਰਾਂ ਤੇ ਨਿਸ਼ਾਨੇ ਸਾਧੇ ਨੇ ਜੋ ਪਾਰਟੀ ਬਦਲ ਕੇ ਚਲੇ ਗਏ ਸਨ ਤੇ ਦੂਜੀ ਪਾਰਟੀ ਵਿੱਚ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਹਨਾਂ ਨੇ ਸੁਸ਼ੀਲ ਕੁਮਾਰ ਰਿੰਕੂ ਅਤੇ ਪਵਨ ਟੀਨੂ ਦੇ ਨਾਮ ਦਾ ਵੀ ਜ਼ਿਕਰ ਕੀਤਾ ਹੈ। ਉਹਨਾਂ ਨੇ ਕਿਹਾ ਕਿ ਪਾਰਟੀ ਛੱਡ ਕੇ ਚਲੇ ਜਾਣ ਵਾਲੇ ਗੱਦਾਰੀ ਹੁੰਦੇ ਨੇ। ਐਨਆਰਆਈਆਂ ਨੇ ਕਮਾਲ ਕਰਤੀ ਹੈ, ਸਾਡਾ ਨਾਮ ਉੱਚਾ ਕੀਤਾ, ਲੇਕਿਨ ਜਿਹੜੇ ਇੱਥੇ ਰਹਿੰਦੇ ਆ ਸਾਡੇ ਲੀਡਰ, ਉਹ ਸਾਡਾ ਨਾਮ ਰੋਲ ਰਹੇ ਹੈ, ਸਾਡੇ ਨੂੰ ਬਦਨਾਮ ਕਰ ਰਹੇ ਹੈ, ਗਲੀ ਗਲੀ ਦੇ ਵਿੱਚ ਵਿਕ ਰਹੇ ਹੈ, ਦਰ ਦਰ 'ਤੇ ਘੁੰਮਦੇ ਹੈ ਵਿਕਣ ਵਾਸਤੇ। ਪਹਿਲਾਂ ਇੱਕ ਪਾਰਟੀ ਜਾਂਦੇ ਹੈ, ਫਿਰ ਦੂਸਰੀ ਜਾਂਦੇ ਹੈ, ਫਿਰ ਤੀਸਰੀ ਚਲੇ ਜਾਂਦੇ, ਚੌਥੀ ਦਾ ਪਤਾ ਕੋਈ ਨਹੀਂ ਕਦ ਚਲੇ ਜਾਣ। ਇਹ ਹਾਲਾਤ ਸਾਡੇ MP ਲੈਵਲ ਦੇ ਅਤੇ MLA ਲੈਵਲਾਂ ਦੇ ਲੀਡਰ ਦਾ ਹੈ, ਜਿਹੜੇ ਬਕਾਊ ਹੋ ਚੁੱਕੇ ਹੈ ਅਤੇ ਗੰਧਲਾ ਕਰਿਆ ਸਿਸਟਮ ਨੂੰ BJP ਨੇ ਖਾਸ ਤੌਰ 'ਤੇ ਅਤੇ ਆਮ ਆਦਮੀ ਪਾਰਟੀ ਨੇ ਖਾਸ ਤੌਰ 'ਤੇ। ਇੱਥੇ ਰਿੰਕੂ ਕਾਂਗਰਸ 'ਚੋਂ ਗਿਆ, ਅਸੀਂ ਰੌਲਾ ਨਹੀਂ ਪਾਇਆ ਕਿ ਬਸ ਸਾਡਾ ਗਦਾਰ ਸੀਗਾ ਜਾਂ ਕਿਆ ਸੀਗਾ, ਲੇਕਿਨ ਜਦ ਉਹ ਉਹਨਾਂ ਨੂੰ ਛੱਡ ਕੇ ਅੱਗੇ ਚਲੇ ਗਿਆ, ਕਿਉਂਕਿ ਉਹਦਾ ਤਾਂ ਕਿਰਦਾਰ ਹੀ ਕੋਈ ਨਹੀਂ ਬਚਿਆ। ਜਿਹੜਾ ਇੱਕ ਦੇੜੀ ਟੱਪ ਗਿਆ ਉਹਨੇ ਪਤਾ ਨਹੀਂ ਕਿੰਨੀਆਂ ਟੱਪਣੀਆਂ, ਜਦ ਦੂਸਰੀ ਟੱਪੀ, ਜਦ ਫਿਰ ਇਹਨਾਂ ਨੇ ਪੂਰੇ ਜਲੰਧਰ ਦੇ ਵਿੱਚ ਗਰਦਾਰ ਦੇ ਪੋਸਟਰ ਲਾ ਕੇ ਬੜੇ ਜਲੂਸ ਕੱਢੇ ਨੇ, ਅਤੇ ਅੱਜ ਅਕਾਲੀ ਦਲ ਦਾ ਗਰਦਾਰ ਲੈ ਕੇ ਉਹਨੂੰ ਟਿਕਟ ਦੇ ਦਿੱਤੀ ਆ, ਉਹਦੇ ਕਿਹੜੇ ਪੋਸਟਰ ਲਾਉਣਗੇ? ਮੈਂ ਇਹ ਪੁੱਛਣਾ ਚਾਹੁੰਦਾ ਭਗਵੰਤ ਮਾਨ ਜੀ, ਕਿ ਅੱਜ ਪਵਨ ਕੁਮਾਰ ਟੀਨੂ ਦੇ ਮੈਂ ਕਿਹੜੇ ਪੋਸਟਰ ਲਗਾਵਾਂ ਪੰਜਾਬ ਜਲੰਧਰ ਦੀਆਂ ਗਲੀਆਂ ਦੇ ਵਿੱਚ? ਉਹ ਇਨਕਲਾਬੀ ਹੈ ਜਾਂ ਉਹ ਗਰਦਾਰ ਹੈ? ਜੇ ਰਿੰਕੂ ਗਰਦਾਰ ਸੀ, ਇਹਨਾਂ ਦੀ ਪਾਰਟੀ ਦਾ ਟਿਕਟ ਸਮੇਤ ਭੱਜ ਗਿਆ, ਤਾਂ ਕਿਆ ਟੀਨੂ ਗਰਦਾਰ ਨਹੀਂ ਹੈ? ਨਾਮ ਤਾਂ ਮਿਲ ਜਾਈ ਗਈ ਹੈ ਦੋਨੋਂ ਹੀ, ਫਿਰ ਇਹ ਗਰਦਾਰ ਕਿਉਂ ਨਹੀਂ ਹੈ? ਫਿਰ ਤੁਸੀਂ ਕਿਉਂ ਸਿਸਟਮ ਨੂੰ ਗੰਧਲਾ ਕਰ ਰਹੇ ਹੋ? ਕਿਉਂ ਸਾਡੀ
ਸੱਭਿਆਚਾਰ ਨੂੰ, ਸਾਡੇ ਲੋਕਾਂ ਦੇ ਇਖਲਾਕ ਨੂੰ ਤੁਸੀਂ ਲਾਲਚ ਆ ਡਰ ਦੇ ਕੇ ਬਦਲ ਰਹੇ ਹੋ। ਉਹਨਾਂ ਦਾ ਕੋਈ ਇਖਲਾਕ ਨਹੀਂ ਰਿਹਾ ਜਿਹੜੇ ਵਿਕ ਰਹੇ ਹੈ ਵਾਰ ਵਾਰ, ਅਤੇ ਜਿਹੜੇ ਲਾਲਚ ਵਿੱਚ ਆ ਡਰ ਵਿੱਚ ਆ ਕੇ ਪਾਰਟੀਆਂ ਬਦਲ ਰਹੇ ਹੈ, ਦਲ ਬਦਲੂ ਜਿਨ੍ਹਾਂ ਨੂੰ ਕਹਿੰਦੇ। ਹਰਿਆਣੇ ਵਿੱਚ ਇਹ ਬਦਨਾਮੀ ਹੋਈ ਸੀ, ਆਇਆ ਰਾਮ ਗਿਆ ਰਾਮ ਹੋ ਗਿਆ ਸੀ, ਲੇਕਿਨ ਇਹਨਾਂ ਨੇ ਪੰਜਾਬ ਨੂੰ ਬਦਨਾਮ ਕਰ ਦਿਆ। ਜ਼ਿਕਰਯੋਗ ਹੈ ਕਿ ਕਾਂਗਰਸ ਨੇ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਦੇ ਵਿੱਚ 6 ਨਾਮ ਸ਼ਾਮਿਲ ਕੀਤੇ ਸਨ, ਜਿਸ ਵਿੱਚੋਂ ਜਲੰਧਰ ਦੇ ਵਿੱਚ ਵੀ ਵੱਡਾ ਦਾਅ ਚਰਨਜੀਤ ਚੰਨੀ ਦੇ ਨਾਮ ਦਾ ਖੇਡਿਆ ਗਿਆ ਸੀ। ਵੇਖਣਾ ਤਾਂ ਇਹ ਹੋਵੇਗਾ ਕਿ ਕੀ ਇਸ ਵਾਰ ਜਲੰਧਰ ਦੇ ਲੋਕ ਚਰਨਜੀਤ ਚੰਨੀ ਦੇ ਹੱਕ ਵਿੱਚ ਨਿੱਤਰਦੇ ਨੇ ਜਾਂ ਫਿਰ ਕੀ ਫੈਸਲਾ ਲੈਂਦੇ ਨੇ। ਦੱਸ ਦਈਏ ਕਿ ਚੰਨੀ ਨੇ ਆਪਣੇ ਚਮਕੌਰ ਸਾਹਿਬ ਹਲਕੇ ਦੇ ਵਿੱਚ ਕੀਤੇ ਕੰਮਾਂ ਦੀ ਤਰਜ਼ ਤੇ ਹੀ ਜਲੰਧਰ ਵਿੱਚ ਕੰਮ ਕਰਨ ਦੀ ਗੱਲ ਆਖੀਏ। ਬੀਤੇ ਦਿਨੀ ਬਿਕਰਮਜੀਤ ਸਿੰਘ ਮਜੀਠੀਆ ਨੇ ਅੰਮ੍ਰਿਤਸਰ ਤੋਂ ਅਨਿਲ ਜੋਸ਼ੀ ਦੇ ਹੱਕ ਵਿੱਚ ਨਾਰਾ ਮਾਰਿਆ ਸੀ ਤੇ ਅਨਿਲ ਜੋਸ਼ੀ ਨੂੰ ਅਕਾਲੀ ਦਲ ਨੇ ਹੁਣ ਉਮੀਦਵਾਰ ਵੀ ਐਲਾਨ ਦਿੱਤਾ ਸੀ। ਅਨਿਲ ਜੋਸ਼ੀ ਲਗਾਤਾਰ ਅੰਮ੍ਰਿਤਸਰ ਦੇ ਵਿੱਚ ਲੋਕਾਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਤੇ ਆਪਣੀ ਪਾਰਟੀ ਦੇ ਵਾਸਤੇ ਵੋਟਾਂ ਇਕੱਠੀਆਂ ਕਰ ਰਹੇ ਨੇ, ਜਿਸ ਦੇ ਤਹਿਤ ਅੱਜ ਉਹ ਅਟਾਰੀ ਦੇ ਵਿਖੇ ਪਹੁੰਚੇ ਨੇ। ਇੱਥੇ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕੀਤਾ ਹੈ ਤੇ ਨਾਲ ਹੀ ਭਾਜਪਾ ਦੇ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ ਨੇ ਤੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ। ਅੰਮ੍ਰਿਤਸਰ ਦੇ ਵਿੱਚ ਵੱਖ ਵੱਖ ਸਿਆਸੀ ਪਾਰਟੀਆਂ ਦੇ ਵੱਲੋਂ ਲੋਕ ਸਭਾ ਚੋਣਾਂ ਦਾ ਪ੍ਰਚਾਰ ਡਟ ਕੇ ਕੀਤਾ ਜਾ ਰਿਹਾ ਹੈ। ਇਸ ਦੌਰਾਨ ਹੀ ਹਲਕਾ ਅਟਾਰੀ ਦੇ ਪਿੰਡ ਅਟਾਰੀ ਵਿਖੇ ਪਹੁੰਚੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਅਨਿਲ ਜੋਸ਼ੀ, ਜਿਨ੍ਹਾਂ ਦਾ ਬਿਕਰਮ ਮਜੀਠੀਆ ਨੇ ਖੁਦ ਸਮਰਥਨ ਕੀਤਾ ਸੀ ਤੇ ਉਹਨਾਂ ਦੇ ਨਾਮ ਦਾ ਖੁਦ ਐਲਾਨ ਕੀਤਾ ਸੀ। ਅਨਿਲ ਜੋਸ਼ੀ ਨੇ ਦੱਸਿਆ ਕਿ ਕਿਉਂ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਲਈ ਇੰਨਾ ਦਰਦ ਰੱਖਦੀ ਏ। ਉਹਨਾਂ ਕਿਹਾ ਹੈ ਕਿ ਭਾਜਪਾ ਕਿਸਾਨਾਂ ਲਈ ਦਰਦ ਇਸ ਲਈ ਨਹੀਂ ਰੱਖਦੀ ਕਿਉਂਕਿ ਉਹਨਾਂ ਨੇ ਇਸ ਦਰਦ ਦਾ ਅਨੁਭਵ ਨਹੀਂ ਕੀਤਾ। ਅਨਿਲ ਜੋਸ਼ੀ ਦਾ ਕਹਿਣਾ ਸੀ ਕਿ ਉਹਨਾਂ ਨੇ 24 ਸਾਲ ਤੱਕ ਖੁਦ ਖੇਤੀ ਕੀਤੀ, ਇਸ ਲਈ ਉਹ ਕਿਸਾਨਾਂ ਦਾ ਦਰਦ ਪਹਿਚਾਣਦੇ ਨੇ। ਉਹ ਪਹਿਚਾਣਦੇ ਨੇ ਕਿ ਕਿਸਾਨ ਕਿਉਂ ਰੋ ਕਲਪ ਰਹੇ ਨੇ। ਉਹਨਾਂ ਦੱਸਿਆ ਹੈ ਕਿ ਪੰਜਾਬ ਦੇ ਵਿੱਚ ਫਿਰਕੂਵਾਦ ਨਹੀਂ ਏ ਤੇ ਹਿੰਦੂ ਸਿੱਖ ਇਕਜੁੱਟ ਹੋ ਕੇ ਰਹਿ ਰਹੇ ਨੇ। ਇਹ ਦਰਦ ਕੀ ਹੈਗਾ ਕਿਸਾਨ ਦਾ, ਕਿਉਂ ਇੰਨਾ ਸਵਾ ਸਾਲ ਰੁਲਿਆ, 700 ਬੰਦਾ ਕਿਉਂ ਸ਼ਹੀਦ ਹੋ ਗਿਆ? ਇਹ ਆਮ ਬੰਦੇ ਦੀ ਸਮਝੋ ਬਾਹਰ, ਖਾਸ ਕਰਕੇ ਬੀਜੇਪੀ ਦੀ ਤੇ ਬਿਲਕੁਲ ਹੀ ਸਮਝੋ ਬਾਹਰ ਆ। ਤੇ ਦੂਜੀ ਗੱਲ ਹੈ, ਦਿੱਲੀ ਦੀ ਕੋਈ ਵੀ ਪਾਰਟੀਆਂ ਦੇ ਮੂੰਹ ਦਾ ਤਾਲਾ ਇਹਨਾਂ ਦੇ ਲੀਡਰਾਂ ਦਾ ਉਦੋਂ ਖੁੱਲੂਗਾ ਜਦੋਂ ਉਧਰੋਂ ਇਸ਼ਾਰਾ ਹੋਊਗਾ, ਨਹੀਂ ਤੇ ਤਾਲਾ ਹੀ ਰਹਿਣਾ, ਡਾਂਗਾ ਖਾਈ ਜਾਣਗੇ, ਸ਼ੀਸ਼ੇ ਭਰਾਈ ਜਾਣਗੇ। ਪਰ ਅਹੁਦਿਆਂ ਦੇ ਲਾਲਚ ਦੇ ਵਿੱਚ ਮੂੰਹ ਦੇ ਵਿੱਚੋਂ ਲਫ਼ਜ਼ ਨਹੀਂ ਕੱਢ ਸਕਦੇ। ਜ਼ਮੀਰ ਖੜੀ ਆ, ਪੂਰੀ ਅੜੀ ਆ, ਅੜੀ ਵੀ ਪੂਰੀ ਆ, ਡਟ ਕੇ ਤੇ ਡਟ ਕੇ, ਲੱਤ ਲਾਤੀ ਤੇ ਲਾਤੀ। ਪਹਿਲਾਂ ਸਮਝਾਇਆ ਬੀਜੇਪੀ ਵਾਲਿਆਂ ਨੂੰ, ਕੋਈ ਪਾਰਟੀ ਦੇ ਅੰਦਰ ਬਥੇਰਾ ਕਿਹਾ। ਮੈਂ ਕਿਹਾ ਯਾਰ ਆਪਾਂ ਪੰਜਾਬ 'ਚ ਰਹਿੰਦੇ ਹਾਂ, ਕਿਸਾਨਾਂ ਨਾਲ ਸਾਡਾ ਜਿਹੜਾ ਸਾਂਝ ਆ, ਭਾਵੇਂ ਆੜ੍ਹਤੀ ਆ, ਭਾਵੇਂ ਦੁਕਾਨਦਾਰ ਆ, ਹਾੜੀ ਸਾਉਣੀ ਡੀਕਦੇ ਹਾਂ, ਦੁਕਾਨਾਂ ਚੱਲਦੀਆਂ, ਹਰ ਇੱਕ ਦੇ ਜੇਬ 'ਚ ਪੈਸਾ ਆਉਂਦਾ। ਪੰਜਾਬ ਐਗਰੀਕਲਚਰ ਬੇਸਡ ਇਕਾਨਮੀ ਆ, ਪੈਸਾ ਜਿਹੜਾ ਨਾ ਉਹ ਫਸਲਾਂ ਤੋਂ ਹੀ ਆਉਂਦਾ। ਤੇ ਸਾਡੀ ਸਾਂਝ ਜਿਹੜੀ ਆ 9 ਮਾਸ ਦੀ ਆ, ਸਾਡੀ ਜੜ ਵੀ ਇੱਕੋ ਆ, ਹਿੰਦੂ ਸਿੱਖ ਕੋਈ ਦੋ ਨਹੀਂ। ਸਾਡਾ ਕਲਚਰ ਇੱਕ ਆ, ਸਾਡਾ ਸੱਭਿਆਚਾਰ ਇੱਕ ਆ, ਅਸੀਂ ਇੰਜ ਇੱਕ ਮੁੱਠ ਆ। ਪੂਰੇ ਦੁਨੀਆਂ ਦੇ ਵਿੱਚ ਦੰਗਾ ਕਦੇ ਹੋ ਗਿਆ, ਉਹ ਪੰਜਾਬ ਦੇ ਵਿੱਚ ਕਦੀ ਦੇਖਿਆ? ਕਦੀ ਫਿਰਕੂ ਦੰਗਾ? ਸਾਂਝਾਂ ਹੀ ਇੰਨੀਆਂ ਗੂੜੀਆਂ ਕਿ ਉਹਦੇ ਜੜ ਇੱਕੋ ਆ, ਜੇ ਜੀਨਸ ਇੱਕੋ ਆ ਪਿੱਛੋਂ। ਤੇ ਮੈਂ ਕਿਹਾ ਆਪਾਂ ਪੰਜਾਬ 'ਚ ਰਹਿੰਦੇ ਹਾਂ, ਆਪਣਾ ਇੱਕ ਦੂਜੇ ਨਾਲ ਵਪਾਰ ਵੀ ਆ, ਪਿਆਰ ਵੀ ਆ, ਰਿਸ਼ਤੇਦਾਰੀਆਂ ਵੀ ਆ। ਤੇ ਜੇ ਆਪਾਂ ਰਾਜਨੀਤੀ ਦੀ ਗੱਲ ਕਰੀਏ ਤਾਂ ਦਿੱਲੀਓਂ ਥੋੜੀ ਵੋਟਾਂ ਲੈਣੀਆਂ, ਵੋਟਾਂ ਵੀ ਇੱਥੋਂ ਲੈਣੀਆਂ। ਤੇ ਫਿਰ ਆਪਾਂ ਦਿੱਲੀ ਵੱਲ ਖੜੇ ਕਿਉਂ ਨੇ ਜਾ ਕੇ? ਮੈਨੂੰ ਤੁਹਾਡੀ ਸਮਝੋ ਬਾਹਰ ਹੈਗਾ, ਅਸੀਂ ਪੰਜਾਬ ਨਾਲ ਕਿਉਂ ਨਹੀਂ ਖੜੇ? ਜਦੋਂ ਪੰਜਾਬ ਦੀ ਸੰਘਰਸ਼ ਦੀ ਗੱਲ ਆ, ਮੁੱਦੇ ਦੀ ਗੱਲ ਆ, ਪੰਜਾਬ ਦੇ ਲੋਕਾਂ ਨੂੰ ਲੋੜ ਆ,
ਆਪਾਂ ਨੇ ਦਿੱਲੀ ਵੱਲ ਖੜੇ ਹਾਂ। ਮੈਂ ਕਿਹਾ ਦੋ ਗੱਲਾਂ ਨਹੀਂ ਚੱਲਣੀਆਂ, ਵੋਟ ਇੱਥੋਂ ਲੈਣੀ ਆ, ਗੱਲ ਦਿੱਲੀ ਦੀ ਕਰਨੀ ਆ। ਜਿਹੜੀ ਡਾਂਗਾ ਲੈ ਕੇ ਖਲੋਤੀ ਆ, ਜਿਹੜੀ ਕਿੱਲ ਠੋਕ ਕੇ ਖਲੋਤੀ ਅੱਗੇ, ਬੈਰੀਅਰ ਲਾ ਕੇ ਖਲੋਤੀ ਆ, ਗੱਲ ਕਰਨ ਨੂੰ ਦੇਣ ਨੂੰ ਜਾਣ ਨੂੰ ਵੀ ਤਿਆਰ ਨਹੀਂ ਵੀ ਇੰਨੇ ਕੁ ਚੱਲ ਜਾਓ ਗੱਲ ਕਰ ਆਓ ਜਾ। ਦਿੱਲੀ ਗਿਆ, ਉੱਥੇ ਗੱਲ ਕੀਤੀ ਲੀਡਰਾਂ ਨਾਲ, ਫਿਰ ਮੈਂ ਓਪਨ ਹੋ ਗਿਆ, ਫਿਰ ਮੈਂ ਪ੍ਰੈਸ ਇਹਨਾਂ ਮੈਨੂੰ ਕੱਢ ਕੇ ਬਾਹਰ ਮਾਰਿਆ। ਮੈਂ ਕਿਹਾ ਚੰਗਾ ਸਤਿ ਸ੍ਰੀ ਅਕਾਲ, ਮੈਂ ਪੰਜਾਬ ਦਾ, ਪੰਜਾਬ ਦੇ ਨਾਲ ਖੜਾ। ਜ਼ਿਕਰਯੋਗ ਹੈ ਕਿ ਇਹ ਮੰਨਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਦੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਧਾਲੀਵਾਲ ਅਤੇ ਬੀਜੇਪੀ ਦੇ ਉਮੀਦਵਾਰ ਤਰਨਜੀਤ ਸੰਧੂ ਦੇ ਨਾਲ ਕੜੀ ਟੱਕਰ ਹੋਣ ਜਾ ਰਹੀ ਹੈ। ਬਿਕਰਮ ਜੀਠੀਆ ਨੇ ਪਿਛਲੀ ਵਾਰ ਇਹ ਵੀ ਕਿਹਾ ਸੀ ਕਿ ਅਨਿਲ ਜੋਸ਼ੀ ਅੰਮ੍ਰਿਤਸਰ ਨੂੰ ਬਾਕੀ ਉਮੀਦਵਾਰਾਂ ਦੇ ਨਾਲੋਂ ਚੰਗੀ ਤਰ੍ਹਾਂ ਜਾਣਦੇ ਨੇ। ਵੇਖਣਾ ਇਹ ਹੋਵੇਗਾ ਕਿ ਅੰਮ੍ਰਿਤਸਰ ਦੇ ਲੋਕ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਕਿਸ ਪਾਰਟੀ ਦਾ ਸਾਥ ਦਿੰਦੇ ਨੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਈ ਦਿਨਾਂ ਤੋਂ ਤਿਹਾੜ ਜੇਲ੍ਹ ਦੇ ਵਿੱਚ ਬੰਦ ਨੇ, ਜਿੱਥੋਂ ਲਗਾਤਾਰ ਉਹ ਸੰਦੇਸ਼ ਭੇਜ ਰਹੇ ਨੇ ਤੇ ਇਸੇ ਹੀ ਸੰਦੇਸ਼ ਦਾ ਜ਼ਿਕਰ ਕੀਤਾ ਹੈ ਹੁਣ ਸਾਂਸਦ ਸੰਜੇ ਸਿੰਘ ਨੇ। ਦਰਅਸਲ ਇੱਕ ਪ੍ਰੈਸ ਕਾਨਫਰੰਸ ਕਰਕੇ ਸੰਜੇ ਸਿੰਘ ਨੇ ਕੇਜਰੀਵਾਲ ਦਾ ਨਵਾਂ ਸੰਦੇਸ਼ ਲੋਕਾਂ ਨੂੰ ਪੜ੍ਹ ਕੇ ਸੁਣਾਇਆ ਤੇ ਨਾਲ ਹੀ ਉਹਨਾਂ ਨੇ ਮੌਜੂਦਾ ਭਾਜਪਾ ਸਰਕਾਰ ਦੇ ਉੱਤੇ ਜੰਮ ਕੇ ਸ਼ਬਦੀ ਹਮਲੇ ਕੀਤੇ। ਸੀਐਮ ਕੇਜਰੀਵਾਲ ਦੀਆਂ ਅਟਕਲਾਂ ਆਏ ਦਿਨ ਵੱਧਦੀਆਂ ਹੀ ਜਾ ਰਹੀਆਂ ਨੇ। ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਜੇਲ੍ਹ ਤੋਂ ਲੋਕਾਂ ਨੂੰ ਸੰਦੇਸ਼ ਭੇਜਿਆ ਹੈ। ਉਹਨਾਂ ਨੇ ਕਿਹਾ ਹੈ ਕਿ ਮੇਰਾ ਨਾਮ ਅਰਵਿੰਦ ਕੇਜਰੀਵਾਲ ਹੈ, ਮੈਂ ਅੱਤਵਾਦੀ ਨਹੀਂ ਹਾਂ। ਸੰਜੇ ਸਿੰਘ ਨੇ ਭਾਜਪਾ ਤੇ ਵਾਰ ਕਰਦੇ ਹੋਏ ਕਿਹਾ ਕਿ ਤੁਸੀਂ ਅਰਵਿੰਦ ਕੇਜਰੀਵਾਲ ਨਾਲ ਅੱਤਵਾਦੀਆਂ ਵਰਗਾ ਵਿਵਹਾਰ ਕਰ ਰਹੇ ਹੋ, ਤੁਹਾਨੂੰ ਸ਼ਰਮ ਨਹੀਂ ਆਉਂਦੀ? ਪ੍ਰਧਾਨ ਮੰਤਰੀ ਆਪਣੀ ਬਦਨੀਤੀ ਵਿੱਚ ਇੰਨਾ ਵੱਧ ਗਏ ਨੇ ਕਿ ਉਹਨਾਂ ਕੇਜਰੀਵਾਲ ਦੇ ਪਰਿਵਾਰ ਅਤੇ ਬੱਚਿਆਂ ਨਾਲ ਮੁਲਾਕਾਤ ਸ਼ੀਸ਼ੇ ਦੀ ਕੰਧ ਰਾਹੀਂ ਕਰਵਾਈ ਜਾ ਰਹੀ ਹੈ। ਉਹਨਾਂ ਕਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਜ਼ੈਡ ਪਲੱਸ ਸੁਰੱਖਿਆ ਹੈ, ਜਦੋਂ ਉਹ ਕੇਜਰੀਵਾਲ ਨੂੰ ਮਿਲੇ ਤਾਂ ਉਹਨਾਂ ਵਿਚਕਾਰ ਸ਼ੀਸ਼ੇ ਦੀ ਕੰਧ ਸੀ। ਭਾਜਪਾ ਨੇ ਇਸ ਕਾਰਵਾਈ ਤੋਂ ਜ਼ਾਹਿਰ ਕਰ ਦਿੱਤਾ ਹੈ ਕਿ ਉਹਨਾਂ ਦੀ ਕੇਜਰੀਵਾਲ ਪ੍ਰਤੀ ਨਫ਼ਰਤ ਦੀ ਭਾਵਨਾ ਹੈ। ਅਰਵਿੰਦ ਕੇਜਰੀਵਾਲ ਜੀ ਨੇ देश की जनता के लिए, दिल्ली की जनता के लिए, जिस जनता के लिए उन्होंने एक बेटे एक भाई की तरह काम किया, उस जनता के लिए एक संदेश भेजा है कि मेरा नाम अरविंद केजरीवाल है और मैं आतंकवादी नहीं हूं। मेरा नाम अरविंद केजरीवाल है और मैं आतंकवादी नहीं हूं। ऐसा व्यवहार आप अरविंद केजरीवाल जी के साथ कर रहे हैं आतंकवादियों जैसा? आपको शर्म नहीं आती? प्रधानमंत्री जी अपनी दुर्भावना में इस कदर अपनी नफरत में आप आगे बढ़ चुके हैं कि उनके परिवार से, उनकी पत्नी से उनकी मुलाकात बीच में शीशे की दीवार खड़ी करके आप करते हैं। पंजाब जैसे सूबे के मुख्यमंत्री जिनको जेड प्लस श्रेणी की सुरक्षा प्राप्त है, दिल्ली के तीन बार के निर्वाचित मुख्यमंत्री की मुलाकात आप शीशे की दीवार खड़ी करके कराते हैं? भारतीय जनता पार्टी ने, प्रधानमंत्री जी ने इस कार्रवाई से जाहिर कर दिया गया है कि उनके मन में पूरी तरीके से एक नफरत, दुर्भावना और बदले की भावना अरविंद केजरीवाल जी के प्रति भरी हुई है।
ਦੱਸ ਦਈਏ ਕਿ ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਤਿਹਾੜ ਜੇਲ੍ਹ 'ਚ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਸੀ ਅਤੇ ਦੋਸ਼ ਲਗਾਇਆ ਸੀ ਕਿ ਉਹਨਾਂ ਨਾਲ ਅੱਤਵਾਦੀਆਂ ਵਰਗਾ ਵਿਵਹਾਰ ਕੀਤਾ ਜਾ ਰਿਹਾ ਹੈ ਤੇ ਸੀਐਮ ਮਾਨ ਨੇ ਕਿਹਾ ਕਿ ਉਹ ਅੱਧਾ ਘੰਟਾ ਕੇਜਰੀਵਾਲ ਨੂੰ ਮਿਲੇ ਸਨ ਪਰ ਉਹਨਾਂ ਵਿਚਕਾਰ ਸ਼ੀਸ਼ੇ ਦੀ ਕੰਧ ਬਣੀ ਹੋਈ ਸੀ ਅਤੇ ਦੋਵਾਂ ਆਗੂਆਂ ਵਿਚਾਲੇ ਫੋਨ ਕਾਲ ਰਾਹੀਂ ਗੱਲਬਾਤ ਹੋਈ ਪਰ ਦੇਖਣਾ ਇਹ ਹੋਵੇਗਾ ਕਿ ਆਪ ਦੇ ਇਹਨਾਂ ਬਿਆਨਾਂ ਤੇ ਭਾਜਪਾ ਵੱਲੋਂ ਕੀ ਪ੍ਰਤੀਕਰਮ ਸਾਹਮਣੇ ਆਉਂਦਾ ਹੈ। ਕੇਜਰੀਵਾਲ ਦੇ ਜੇਲ੍ਹ ਜਾਣ ਤੋਂ ਬਾਅਦ ਲਗਾਤਾਰ ਆਪ ਮੰਤਰੀਆਂ ਦੇ ਵੱਲੋਂ ਰੋਜ਼ਾਨਾ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਤੇ ਭਾਜਪਾ ਦੇ ਉੱਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਜਾ ਰਹੇ ਨੇ। ਮੰਤਰੀਆਂ ਦਾ ਇਹ ਵੀ ਕਹਿਣਾ ਹੈ ਕਿ ਭਾਜਪਾ ਦਾ ਇਹ ਸ਼ਰਾਬ ਘੁਟਾਲਾ ਫਰਜ਼ੀ ਏ ਤੇ ਇਸ ਕਰਕੇ ਕੀਤਾ ਜਾ ਰਿਹਾ ਹੈ ਤਾਂ ਜੋ ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਦਾ ਪ੍ਰਚਾਰ ਨਾ ਕਰ ਸਕੇ। ਅੱਜ ਮੰਤਰੀ ਸੌਰਵ ਭਾਰਦਵਾਜ ਨੇ ਮੁੜ ਤੋਂ ਪ੍ਰੈਸ ਕਾਨਫਰੰਸ ਕੀਤੀ ਤੇ ਉਹਨਾਂ ਕਿਹਾ ਕਿ ਭਾਜਪਾ ਅਤੇ ਕੇਂਦਰ ਸਰਕਾਰ ਲੋਕਾਂ ਦੇ ਸਾਹਮਣੇ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਲੋਕ ਇਸ ਗੱਲ ਨੂੰ ਮੰਨ ਲੈਣ ਕਿ ਆਮ ਆਦਮੀ ਪਾਰਟੀ ਅਤੇ ਕੇਜਰੀਵਾਲ ਭ੍ਰਿਸ਼ਟਾਚਾਰੀ ਨੇ। ਇਸ ਮੌਕੇ ਉਹਨਾਂ ਨੇ ਭਾਜਪਾ ਨੂੰ ਆੜੇ ਹੱਥੀ ਲਿਆ। ਸੀਐਮ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਬੀਜੇਪੀ ਤੇ ਨਿਸ਼ਾਨੇ ਸਾਧੇ ਜਾ ਰਹੇ ਨੇ ਅਤੇ ਕੇਂਦਰ ਸਰਕਾਰ ਵੱਲੋਂ ਅਰਵਿੰਦ ਕੇਜਰੀਵਾਲ ਦੇ ਖਿਲਾਫ ਸਾਜ਼ਿਸ਼ਾਂ ਰਚਣ ਦੇ ਵੀ ਇਲਜ਼ਾਮ ਲਗਾਏ ਜਾ ਰਹੇ ਨੇ। ਇਸ ਵਿਚਕਾਰ ਦਿੱਲੀ ਤੋਂ ਆਪ ਦੇ ਮੰਤਰੀ ਸੌਰਵ ਭਾਰਦਵਾਜ ਨੇ ਕਿਹਾ ਕਿ ਰੋਜ਼ਾਨਾ ਭਾਜਪਾ ਵੱਲੋਂ ਨਵੀਂ ਕਹਾਣੀ ਘੜੀ ਜਾਂਦੀ ਹੈ ਕਿ ਜਿਸ ਨਾਲ ਦਿੱਲੀ ਦੇ ਲੋਕਾਂ ਨੂੰ ਯਕੀਨ ਆ ਸਕੇ ਕਿ ਆਪ ਜਾਂ ਸੀਐਮ ਕੇਜਰੀਵਾਲ ਵੱਲੋਂ ਭ੍ਰਿਸ਼ਟਾਚਾਰ ਕੀਤਾ ਗਿਆ, ਜਦਕਿ ਪਿਛਲੇ 2 ਸਾਲਾਂ ਤੋਂ ਕੋਈ ਅਜਿਹਾ ਸਬੂਤ ਨਹੀਂ ਮਿਲਿਆ ਜਿਸ ਨਾਲ ਇਹ ਸਾਬਿਤ ਹੋ ਸਕੇ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਕਿਸੇ ਤਰ੍ਹਾਂ ਦਾ ਵੀ ਭ੍ਰਿਸ਼ਟਾਚਾਰ ਕੀਤਾ ਗਿਆ। ਔਰ ਇੱਕ ਹੋਰ ਬਾਤ ਮੈਂ ਆਪਕੋ ਬਤਾ ਦੂੰ ਕਿ ਆਖਰੀ ਮਰਤਬਾ ਜਬ ਇਹ ਕਿਸੀ ਕੀ ਕੈਂਪੇਨ ਪੇ ਕਾਮ ਕਰ ਰਹੇ ਥੇ ਤੋ ਚਰਨਪ੍ਰੀਤ ਪ੍ਰਧਾਨ ਮੰਤਰੀ ਜੀ ਕੀ ਜੋ ਕੈਂਪੇਨ ਹੈ ਵਿਕਸਿਤ ਭਾਰਤ ਉਸ ਕੈਂਪੇਨ ਪੇ ਕਾਮ ਕਰ ਰਹੇ ਥੇ। ਲਿਹਾਜ਼ਾ ਰੋਜ਼ ਇਹ ਕੋਸ਼ਿਸ਼ ਕੇਂਦਰ ਸਰਕਾਰ ਕੀ ਹੋ ਰਹੀ ਹੈ ਕਿ ਕਿਸੀ ਤਰੀਕੇ ਸੇ ਇਹ ਕੋਸ਼ਿਸ਼ ਕੀ ਜਾਏ ਕਿ ਲੋਕ ਅਰਵਿੰਦ ਕੇਜਰੀਵਾਲ ਔਰ ਆਮ ਆਦਮੀ ਪਾਰਟੀ ਕੋ ਭ੍ਰਿਸ਼ਟਾਚਾਰੀ ਮਾਨ ਲੇ। ਰੋਜ਼ ਉਲ ਜਲੂਲ ਬਾਤੋਂ ਕੋ ਜੋੜ ਕੇ ਕੋਈ ਕਹਾਣੀ ਪਰੋਸੀ ਜਾਤੀ ਹੈ, ਚਲਾਈ ਜਾਤੀ ਹੈ, ਚਲਵਾਈ ਜਾਤੀ ਹੈ ਕਿ ਕਿਸੀ ਤਰੀਕੇ ਸੇ ਲੋਕ ਇਹ ਮਾਨ ਲੇ। ਮਗਰ ਭਾਰਤੀ ਜਨਤਾ ਪਾਰਟੀ ਕੀ ਡੈਸਪਰੇਸ਼ਨ ਇਸ ਲਈ ਬੜਤੀ ਜਾ ਰਹੀ ਹੈ ਕਿਉਂਕਿ ਸਭ ਲੋਕਾਂ ਕੋ ਗ੍ਰਿਫਤਾਰ ਕਰਨੇ ਕੇ ਬਾਅਦ ਵੀ ਮੁੱਖ ਮੰਤਰੀ ਕੋ ਗ੍ਰਿਫਤਾਰ ਕਰ ਲਿਆ, ਉਪ ਮੁੱਖ ਮੰਤਰੀ ਕੋ ਗ੍ਰਿਫਤਾਰ ਕਰ ਲਿਆ, ਮੰਤਰੀਓ ਕੋ ਗ੍ਰਿਫਤਾਰ ਕਰ ਲਿਆ, ਸੰਜੇ ਜੀ ਤੱਕ ਕੋ ਗ੍ਰਿਫਤਾਰ ਕਰ ਲਿਆ, ਉਸਕੇ ਬਾਵਜੂਦ ਵੀ ਆਜ ਤੱਕ 2 ਸਾਲ ਕੀ ਲੰਬੀ ਜਾਂਚ ਕੇ ਬਾਅਦ ਕੋਈ ਇੱਕ ਸਬੂਤ ਨਹੀਂ ਹੈ ਸੀਬੀਆਈ ਔਰ ਈਡੀ ਕੇ ਪਾਸ ਜੋ ਇਹ ਸਾਬਿਤ ਕਰ ਸਕੇ ਕਿ ਕੋਈ ਇਸ ਤਰੀਕੇ ਕਾ ਭ੍ਰਿਸ਼ਟਾਚਾਰ ਹੁਆ ਥਾ। ਜ਼ਿਕਰਯੋਗ ਹੈ ਕਿ ਆਬਕਾਰੀ ਨੀਤੀ ਨਾਲ ਜੁੜੇ ਮਨੀ ਲੌਂਡਰਿੰਗ ਮਾਮਲੇ 'ਚ 21 ਮਾਰਚ ਨੂੰ ਈਡੀ ਨੇ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਭਾਜਪਾ ਵੱਲੋਂ ਉਹਨਾਂ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ। ਹਾਲਾਂਕਿ ਆਮ ਆਦਮੀ ਪਾਰਟੀ ਅਤੇ ਇਸ ਦੇ ਮੰਤਰੀਆਂ ਨੇ ਕਹਿ ਦਿੱਤਾ ਹੈ ਕਿ ਕੇਜਰੀਵਾਲ ਜੇਲ੍ਹ ਤੋਂ ਹੀ ਸਰਕਾਰ ਚਲਾਉਂਦੇ ਰਹਿਣਗੇ। ਅੱਜ ਦਾ ਪੰਜਾਬ ਨਿਊਜ਼ ਬੁਲੇਟਿਨ ਵਿੱਚ ਬਸ ਇੰਨਾ ਹੀ। ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਂਦੇ ਹਾਂ ਮੁੱਖ ਸੁਰਖੀਆਂ ਤੇ। ਆਮ ਆਦਮੀ ਪਾਰਟੀ ਨੇ 13 ਉਮੀਦਵਾਰਾਂ ਦੇ ਨਾਮ ਦਾ ਕੀਤਾ ਐਲਾਨ, ਭਾਜਪਾ ਨੇ ਦੂਜੀ ਸੂਚੀ ਕੀਤੀ ਜਾਰੀ। ਟਿਕਟ ਕੱਟੇ ਜਾਣ ਤੋਂ ਸਾਬਕਾ ਵਿਧਾਇਕ ਗੋਲਡੀ ਖੰਗੂੜਾ ਨਾਰਾਜ਼, ਪਾਰਟੀ ਹਾਈਕਮਾਨ ਤੇ ਚੁੱਕੇ ਸਵਾਲ। ਚੋਣ ਪ੍ਰਚਾਰ ਕਰਨ ਲਈ ਗੁਜਰਾਤ ਪਹੁੰਚੇ ਸੀਐਮ ਮਾਨ, 19 ਅਪ੍ਰੈਲ ਤੋਂ ਪੰਜਾਬ ਵਿੱਚ ਕੀਤਾ ਜਾਵੇਗਾ ਚੋਣਾਂ ਦਾ ਪ੍ਰਚਾਰ। ਚੋਣ ਪ੍ਰਚਾਰ ਕਰਨ ਵਾਸਤੇ ਅੰਮ੍ਰਿਤਸਰ ਪਹੁੰਚੇ ਗੁਰਜੀਤ ਔਜਲਾ, ਪਾਰਟੀ ਵਰਕਰਾਂ ਨੇ ਕੀਤਾ ਫੁੱਲਾਂ ਦੇ ਨਾਲ ਸਵਾਗਤ। ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ, ਕੱਲ੍ਹ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ। ਧੰਨਵਾਦ।